ਇਥੇ ਜਿਹੜੇ ਕਮ ਵਗੈਰਾ ਟੀਚਰ ਤੁਸਾਂ ਹੋ ਇਥੇ ਜਿਹੜੇ ਜੀ ਇਥੇ ਮੈਂ ਸਿਖਾਣੀ ਹਾਂ ਤੇ ਮਾਸ਼ਾ ਤੁਸਾਂ ਨੇ ਕਿਤੇ ਸਟੂਡੈਂਟਸ ਨੂੰ 6-7 ਸਟੂਡੈਂਟ ਹੈ ਜੀ ਦੂਸਰਾ ਥੋੜਾ ਜਿਹਾ ਪੈਕੇਜ ਦੇ ਮੁਤਾਬਿਕ ਦਸੀਰੋ ਕਿ ਬ੍ਰਾਈਡਰ ਜਿਹੜੀ ਜ਼ਾਹਿਰ ਗੱਲ ਹੈ ਅਸਾਂ ਜਿਹੜੀ ਕੋਈ ਭੈਣ ਤੱਕਣੀ ਅਗਰ ਉਹਨਾਂ ਨੇ ਸ਼ਾਦੀ ਤਾਂ ਪਾਕਿਸਤਾਨ ਦੇ ਅੰਦਰ ਹੋਵੇ ਅੱਛੀ ਕਿ ਜਾਂ ਇੱਥੇ ਪਾਕਿਸਤਾਨ ਨੇ ਕੋਈ ਸਾਰੇ ਨਜ਼ਰੀਨ ਤੱਕਣੇ ਤਾਂ ਉਹਨਾਂ ਕੀ ਤੁਸੀਂ ਕਿਸ ਤਰ੍ਹਾਂ ਪੈਕੇਜ ਵਗੈਰਾ ਕਿਆ ਕੋਈ ਸਿਲਸਿਲਾ ਹੋਣਾ ਸਾਰਿਆਂ ਦੇ ਪੈਕੇਜ ਡਿਫਰੈਂਟ ਹੋਣੇ ਨੇ ਜਿਹੜਾ ਨਾ ਜੀ ਜੇ ਕੋਈ ਚਾਹਣਾ ਵੈ ਜਾਂ ਮਾਡਲ ਮੇਕਅਪ ਚਾਹਣਾ ਵੈ ਜਾਂ ਨਾਰਮਲ ਚਾਹਣਾ ਵੈ ਸਾਰਿਆਂ ਵਾਸਤੇ ਵੈ ਸਹੀ ਪੈਕੇਜ ਮਤਲਬ ਸਹੀ ਹੈ ਇਤਨਾ ਰੀਜ਼ਨੇਬਲ ਹੈ ਇਤਨਾ ਜ਼ਿਆਦਾ ਮਹਿੰਗਾ ਨਹੀਂ ਹੈ ਐਸਾ ਨਾ ਸਾਰੇ ਪੈਕੇਜਿਸ ਬਹੁਤ ਨਾਰਮਲ ਹੈ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਉਮੀਦ ਕਰਨਾ ਕਿ ਸਾਰੇ ਭੈਣ ਭਰਾ ਠੀਕ ਹੋ ਸਨ ਮੈਂ ਤੁਹਾਨੂੰ ਮੇਜ਼ਬਾਨ ਰਹੀਮ ਸ਼ੌਕਤ ਰੁਪਿਆਲ ਤੁਸੀਂ ਖਿਦਮਤ ਹਾਜ਼ਰ ਹਾਂ ਇੱਕ ਨਵੇਂ ਵੀਡੀਓ ਨਾਲ ਤਾਂ ਇਸ ਟਾਈਮ ਮੌਜੂਦ ਹਾਂ ਅਸਾਂ ਇਸਲਾਮਗੜ ਬਾਜ਼ਾਰ ਨੇ ਅੰਦਰ ਮਾੜੇ ਸਾਹਮਣੇ ਹੈ ਨਾਦਰਾ ਆਫਿਸ ਅਤੇ ਹਬੀਬ ਬੈਂਕ ਅਤੇ ਇਸਨੇ ਸਾਹਮਣੇ ਇੱਕ ਪਲਾਜ਼ਾ ਵੈ ਅਤੇ ਇਸਨੇ ਅੰਦਰ ਸਾਰੀ ਇੱਕ ਸਿਸਟਮ ਅਤੇ ਉਹਨਾਂ ਮਾਸ਼ਾਅੱਲਾ ਆਪਣੇ ਕਾਰੋਬਾਰ ਕਰਨੇ ਬਿਊਟੀ ਪਾਰਲਰ ਲਸ਼ ਬਿਊਟੀ ਪਾਰਲਰ ਨਾਂ ਤੋਂ ਕਿਉਂਕਿ ਭੈਣਾਂ ਜਿਹੜੀਆਂ ਸਾਰੀਆਂ ਨੇ ਜ਼ਾਹਿਰ ਗੱਲ ਹੈ ਸਾਰੀ ਚਾਨਣ ਪਰ ਜ਼ਿਆਦਾ ਫੀਮੇਲ ਵੀ ਹੈ ਅਲਹਮਦੁਲਿਲਾ 40% ਜਾਂ 50% ਅਤੇ ਉਹ ਵੀ ਕਾਫੀ ਉਹਨਾਂ ਵਾਸਤੇ ਵੀ ਚਲੋ ਉਹ ਜਿਹਾ ਸਿਸਟਮ ਪਾਕਿਸਤਾਨ ਨਸੁਣ ਅਤੇ ਜਾਂ ਇੱਥੇ ਦੀਆਂ ਭੈਣਾਂ ਜਿਹੜੀਆਂ ਵਗੈਰਾ ਬਿਊਟੀ ਪਾਰਲਰ ਵੈਸੇ ਜਾਣੀਆਂ ਅਤੇ ਇਨਸ਼ਾਅੱਲਾ ਜਾਂ ਜਿਨ੍ਹਾਂ ਭੈਣਾਂ ਦੀ ਸ਼ਾਦੀ ਇਸ ਨੇ ਲਈ ਹੈ ਅਤੇ ਅੱਲਾ ਪਾਕ ਉਹਨਾਂ ਨੇ ਨਸੀਬ ਬੱਚੇ ਫਰਮਾਉਣ ਦੇ ਤੁਸੀਂ ਬਿਊਟੀ ਪਾਰਲਰ ਅੱਜ ਵਿਜ਼ਿਟ ਕਰਾਉਣੇ ਆ ਤਾਂ ਕਿ ਆਸਾਨੀ ਹੋਈ ਜਾਏ ਤੁਸਾਂ ਕਿ ਦੂਰ ਕਿੱਥੇ ਵੀ ਨਹੀਂ ਜਾਣਾ ਪਿਆ ਅਤੇ ਜੁਲੇ ਅੰਦਰ ਅਤੇ ਕੋਸ਼ਿਸ਼ ਕਰ ਸਕਾਂ ਕਿ ਮੈਡਮ ਜਿਹੜੇ ਅਸਿਸਟੈਂਟ ਸਾਰੇ ਉਹਨਾਂ ਨੇ ਵੀ ਤੁਹਾਨੂੰ ਗੱਲਬਾਤ ਕਰਾਂ ਜਜ਼ਾਕ ਅੱਲਾ ਮੈਂ ਲੋਕੇਸ਼ਨ ਤਾਂ ਦੱਸੀ ਹੈ ਅਤੇ ਕਿਉਂਕਿ ਮੈਂ ਨਾ ਤੁਸੀਂ ਪ੍ਰੋਪਰ ਇੱਕ ਵਿਜ਼ਿਟ ਕਰੀ ਕਿਉਂਕਿ ਇਸ ਪਲਾਜ਼ਿਸ ਕੰਸਟਰਕਸ਼ਨ ਦਾ ਵੀ ਕੰਮ ਥੋੜ੍ਹਾ ਜਿਹਾ ਜਾਰੀ ਹੈ ਅਤੇ ਮੈਂ ਨਾ ਸਿਰਫ ਪ੍ਰੋਪਰ ਟੂਰੀ ਕੇ ਵੀ ਕਿਉਂਕਿ ਜਿਹੜੇ ਭੈਣਾਂ ਭਰਾ ਜਿਹੜੇ ਉਹਨਾਂ ਵਾਸਤੇ ਜ਼ਿਆਦਾ ਮੁਸ਼ਕਲਾਂ
ਜੀ ਨਾਜ਼ਰੀਨ, ਜਿਸ ਤਰ੍ਹਾਂ ਤੁਸੀਂ ਕਿ ਮੈਂ ਬਾਹਰੋਂ ਦੱਸਿਆ ਕਿ ਬਿਊਟੀ ਪਾਰਲਰ ਹੈ ਅਤੇ ਦੂਸਰੀ ਮਾਸ਼ਾਅੱਲਾ ਖੁਸ਼ੀ ਵੀ ਹੋਣੀ ਹੈ ਕਿ ਸਾਰੇ ਚਕਸਵਾਰੀ ਨੇ ਅੰਦਰ ਵੀ ਸਾਰੀ ਇੱਕ ਬਾਜੀ ਸੁਣਨ ਆਪਣਾ ਕੰਮ ਨਾਗਾਜ਼ ਕੀਤਾ। ਦੂਸਰਾ ਇੱਥੇ ਵੀ ਸਾਰੀਆਂ ਅਲਹਮਦੁਲਿਲਾ ਬਾਜੀਆਂ ਮੌਜੂਦ ਨੇ, ਭੈਣਾਂ ਮੌਜੂਦ ਸਾਰੀਆਂ, ਅਤੇ ਕੰਮ ਵਗੈਰਾ ਕਰਨੀਆਂ ਪਈਆਂ ਅਤੇ ਅਸਾਂ ਵੀ ਇਹਨਾਂ ਕਿ ਐਪਰੀਸ਼ੀਏਟ ਵੀ ਕਰਨੇ ਹਾਂ ਕਿ ਇੱਕ ਔਰਤ ਹੋਈ ਕਿ ਇਸ ਮਾਸ਼ਰੇ ਨੇ ਅੰਦਰ ਜਿਹੜਾ ਨਾ ਇਹ ਕੰਮ ਕਰਨੇ ਪੈਂਦਾ। ਅੱਲਾ ਪਾਕ ਇਹਨਾਂ ਨੇ ਰੋਜ਼ੀ 'ਚ ਮਜ਼ੀਦ ਬਰਕਤਾਂ ਨਜ਼ੂਲ ਫਰਮਾਏ, ਅਤੇ ਅੱਲਾ ਪਾਕ ਇੱਕ ਭੈਣ ਦਿੱਤੀ ਸੀ ਅਤੇ ਆਪਣੇ ਦੇਸ਼ ਦੀ ਵਜ੍ਹਾ ਤੋਂ ਅਲਹਮਦੁਲਿਲਾ ਜਿਹੜੀਆਂ ਨਾ ਭੈਣਾਂ ਹੀ ਪਹਿਣਾਂ, ਅਤੇ ਇਸ ਟਾਈਮ ਅਸਾਂ ਨਾਲ ਇੱਕ ਸਾਰੇ ਭੈਣ ਮੌਜੂਦ ਨੇ, ਅਤੇ ਇਨਸ਼ਾਅੱਲਾ ਤੁਸੀਂ ਕਿ ਬਿਊਟੀ ਪਾਰਲਰ ਨੇ ਮੁਤਲਕ ਜਿਹੜੇ ਪੈਕੇਜ ਹੋਣੇ ਨੇ, ਕਿਉਂਕਿ ਅਸਾਂ ਵੀ ਇਹਦੇ ਸ਼ਾਦੀ ਤਾਂ ਨਹੀਂ ਕੀਤੀ ਕਿ ਇਸ ਤਰੀਕੇ ਨਾਲ ਸਿਲਸਿਲਾ ਨਹੀਂ ਪਤਾ ਕਿ ਕਿਆ ਕੁਝ ਹੋਣਾ ਵਾ, ਲੇਕਿਨ ਜਿਹੜੇ ਭੈਣਾਂ ਭਰਾ ਇੱਥੇ ਪਾਕਿਸਤਾਨ ਨੇ, ਅਸੀਂ ਕੋਸ਼ਿਸ਼ ਹੈ ਕਿ ਉਹਨਾਂ ਕੀ ਹਰ ਕਿਸਮ ਦੀ ਸਹੂਲਤ ਜਿਹੜੀ ਹੈ ਨਾ ਮੈਸਰ ਕਰਾਂ, ਕਿਉਂਕਿ ਅਕਸਰ ਜਿਹੜੀਆਂ ਸ਼ਾਦੀਆਂ ਹੋਣੀਆਂ ਨੇ ਉਹ ਇੱਥੇ ਪਾਕਿਸਤਾਨ ਲੋਕ ਅੱਛੀ ਕੇ ਕਰਨੇ ਨੇ, ਅਤੇ ਉਹਨਾਂ ਕਿ ਅਸਾਂ ਕੀ ਹਰ ਕਿਸਮ ਦੀ ਸਹੂਲਤ ਪਹਿਲੇ ਮੌਜੂਦ ਹੋਵੇ, ਕੱਪੜਿਆਂ ਤੋਂ ਕਿਨੀ ਕਿ ਸ਼ਾਪਾਂ ਨੇ ਤੁਸੀਂ ਵਿਜ਼ਿਟ ਕਰਾਇਆ, ਦੂਸਰਾ ਚਕਸਵਾਰੀ ਨੇ ਅੰਦਰ ਵੀ ਸਾਰੀ ਇੱਕ ਸਿਸਟਰ ਸ਼ਾਪ ਖੋਲੀ ਸੀ, ਤੁਸੀਂ ਉਸ ਨਾਲ ਵੀ ਵਿਜ਼ਿਟ ਕਰਾਇਆ ਸੀ, ਅਤੇ ਦੂਸਰਾ ਬਿਊਟੀ ਪਾਰਲਰ ਰਹਿ ਗਿਆ ਸੀ, ਤਾਂ ਮਾੜੀ ਖੁਆਇਸ਼ ਸੀ ਕਿ ਕੋਈ ਬਿਊਟੀ ਪਾਰਲਰ ਮਿਲੇ, ਅਤੇ ਸਾਰੀਆਂ ਸਾਰੀਆਂ ਜਿਹੜੀਆਂ ਭੈਣਾਂ ਜਿਹੜੀਆਂ ਸਾਰੀਆਂ ਮਾਵਾਂ ਉੱਥੋਂ ਇੰਗਲੈਂਡ ਤੋਂ ਇੱਥੇ ਪਾਕਿਸਤਾਨ ਅੱਛੋਣ, ਤਾਂ ਉਹਨਾਂ ਕੀ ਜ਼ਿਆਦਾ ਮੁਸ਼ਕਲਾਂ ਨਾ ਹੋਣ, ਅਤੇ ਇੱਥੇ ਅੱਛੀ ਕਿ ਅਸਾਂ ਆਪਣਾ ਦੇਸ਼ ਸੀ ਕਿ ਉਹਨਾਂ ਕੀ ਐਡਰੈਸ ਦੇਈ ਹੋੜਾ, ਇੱਕ ਲੋਕੇਸ਼ਨ ਦੱਸੀ ਹੋੜਾ, ਅਤੇ ਅਲਹਮਦੁਲਿਲਾ ਉੱਥੇ ਅੱਛੀ ਕਿ ਤੁਸੀਂ ਜਿਹੜਾ ਨਾ ਆਪਣਾ ਜੋ ਕੁਝ ਵੀ ਉਹ ਸਿਲਸਿਲਾ ਆਉਣਾ ਕਰਾਈ ਸਕੋ। ਤਾਂ ਇਸ ਟਾਈਮ ਅਸਾਂ ਬਾਜੀ ਮੌਜੂਦ ਨੇ, ਤਾਂ ਇਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨੇ ਆ, ਅਤੇ ਫਿਰ ਇਨਸ਼ਾਅੱਲਾ ਤੁਸੀਂ ਜਿਹੜੇ ਪੈਕੇਜ ਵਗੈਰਾ ਹੋਣੇ ਨੇ, ਫਿਰ ਬ੍ਰਾਈਟਰ ਕਿਸ ਤਰ੍ਹਾਂ ਤਿਆਰ ਹੋਣੀ ਹੈ, ਦੂਸਰਾ ਫਿਰ ਕਾਰ ਵੀ ਜਾ ਕੇ ਸਰਵਿਸ ਦੇਣੇ ਨੇ ਜਾਂ ਨਹੀਂ ਦੇਣੇ, ਇਹ ਜੋ ਗੱਲ ਕਰਨੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਔਰ ਬਾਜੀ ਬਹੁਤ ਸ਼ੁਕਰੀਆ ਤੁਸੀਂ ਨਾ ਜਿਹੜਾ ਤੁਸੀਂ ਅੱਜ ਆਪਣੇ ਭਰਾਵਾਂ ਕੀ ਟਾਈਮ ਦਿੱਤਾ, ਅਤੇ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਤੁਸੀਂ ਆਪੂ ਵੀ ਲੋਕੇਸ਼ਨ ਦੱਸੀ ਹੋ ਰਹੇ ਬਿਊਟੀ ਪਾਰਲਰ ਨਹੀਂ, ਅਸਾਂ ਤਾਂ ਦੱਸੀ ਹੈ ਲੇਕਿਨ ਤੁਸੀਂ ਵੀ ਥੋੜ੍ਹੀ ਜਿਹੀ ਦੱਸੀ ਹੋਰੋ। ਗਾੜੀ 'ਚ ਤਾਂ ਨਾਜ਼ਰ ਆਫਿਸ ਨੇ ਬਿਲਕੁਲ ਸਾਹਮਣੇ ਆ, ਮੈਂ ਲਸ਼ ਬਿਊਟੀ ਸੈਲੋਨ ਨੇ ਨਾਂ ਪਰ ਹੈ ਜੀ। ਤਾਂ ਇੱਥੇ ਜਿਹੜੇ ਕੰਮ ਵਗੈਰਾ ਟੀਚਰ ਤੁਸੀਂ ਹੋ ਇੱਥੇ ਜਿਹੜੇ? ਜੀ ਇੱਥੇ ਮੈਂ ਸਹਾਨੀ ਹਾਂ। ਮਾਸ਼ਾ ਤੁਸੀਂ ਨੇ ਕਿਤੇ ਸਟੂਡੈਂਟਸ ਨੂੰ? 6-7 ਸਟੂਡੈਂਟ ਹੈ ਜੀ। ਦੂਸਰਾ ਥੋੜ੍ਹਾ ਜਿਹਾ ਪੈਕੇਜ ਦੇ ਮੁਤਾਲਿਕ ਦੱਸੀ ਰਹੋ ਕਿ ਬ੍ਰਾਈਡਰ ਜਿਹੜੀ ਜ਼ਾਹਿਰ ਗੱਲ ਹੈ ਅਸਾਂ ਜਿਹੜੀ ਕੋਈ ਭੈਣ ਤੱਕਣੀ ਅਗਰ ਉਹਨਾਂ ਨੇ ਸ਼ਾਦੀ ਤਾਂ ਪਾਕਿਸਤਾਨ ਦੇ ਅੰਦਰ ਹੋਵੇ ਅੱਛੀ ਗਈ ਆ, ਇੱਥੇ ਪਾਕਿਸਤਾਨ ਨੇ ਕੋਈ ਸਾਰੇ ਨਜ਼ਰੀਨ ਤੱਕਣੇ, ਤਾਂ ਉਹਨਾਂ ਕੀ ਤੁਸੀਂ ਕਿਸ ਤਰ੍ਹਾਂ ਪੈਕੇਜ ਵਗੈਰਾ ਕਿਆ ਕੁਝ ਸਿਲਸਿਲਾ ਹੋਣਾ? ਸਾਰਿਆਂ ਦੇ ਪੈਕੇਜ ਡਿਫਰੈਂਟ ਹੋਣੇ ਨੇ, ਜਿਹੜਾ ਨਾ ਜੀ ਅਜੇ ਕੋਈ ਚਾਹਣਾ ਵੈ ਜਾਂ ਮਾਡਲ ਮੇਕਅਪ ਚਾਹਣਾ ਵੈ ਜਾਂ ਨੋਰਮਲ ਚਾਹਣਾ ਵੈ, ਸਾਰਿਆਂ ਵਾਸਤੇ ਵੀ ਸਹੀ ਪੈਕੇਜ ਮਤਲਬ ਸਹੀ ਹੈ, ਇਤਨਾ ਰੀਜ਼ਨੇਬਲ ਹੈ, ਇਤਨਾ ਜ਼ਿਆਦਾ ਮਹਿੰਗਾ ਨਹੀਂ ਹੈ, ਸਾਨੂੰ ਸਾਰੇ ਪੈਕੇਜਿਸ ਬਹੁਤ ਨੋਰਮਲ ਹਨ ਜੀ। ਤੇ ਤੁਸੀਂ ਆਪੋ ਜਿਹੜੀ ਇਹ ਵਗੈਰਾ ਜਾਜ਼ ਵਗੈਰਾ ਸਿੱਖੀ ਹੈ, ਤੁਸੀਂ ਉਸਤਾਦ ਕੌਣ ਸੋ? ਮੈਂ ਲੋਰ ਤੋਂ ਸਿੱਖਿਆ ਵੈ ਜੀ। ਮੈਂ ਮਸਰਤ ਨਾਲ ਡਿਪਲੈਕਸ ਨਹੀਂ, ਮੈਂ ਉੱਥੋਂ ਸਿੱਖਿਆ ਵੈ ਜੀ 3 ਮਹੀਨੇ ਨਾਲ ਕੋਰਸ, ਫਿਰ ਮੈਂ ਮੀਰਪੁਰ ਵੀ ਜੋਬ ਕਰਨੀ ਰਹੀ ਹਾਂ, ਤਾਂ ਹੁਣ ਮੈਂ ਇੱਥੇ ਜੋਬ ਕਰਨੀ ਹਾਂ ਆਪਣੇ, ਮੈਂ 12 ਸਾਲ ਹੋਏ ਗਏ ਕੰਮ ਕਰਨੇ ਆ ਜੀ। ਤੇ ਦੂਸਰਾ ਅਕਸਰ ਜਿਹੜੀਆਂ ਬ੍ਰਾਈਟਾਂ ਕੰਮ ਹੀ ਪਾਰਲਰ ਜਿਸ ਨੂੰ ਕਾਰ ਹੀ ਤਿਆਰ ਹੋਣੀ ਹੈ, ਤੁਸੀਂ ਕਾਰ ਵੀ ਜਾਏਗੀ ਤੁਸੀਂ ਜਿਹੜਾ ਨਾ? ਜੀ ਅਸਾਂ ਕਾਰ ਵੀ ਜਾ ਕੇ ਸਰਵਿਸਿਜ਼ ਦੇਣੇ ਆ ਜੀ। ਤਾਂ ਤੁਸੀਂ ਨਾ ਫਿਰ ਉਹ ਰਾਬਤਾ ਕਰਨੇ ਤੇ ਤੁਸੀਂ ਜਿਹੜਾ ਨਾ? ਜੀ ਕਾਲ ਵਗੈਰਾ ਜਾਂ ਨੰਬਰ ਵਗੈਰਾ ਅਸਾਂ ਦਿੱਤੇ ਵੇ ਜੀ, ਤਾਂ ਫਿਰ ਉਸ ਨੇ ਵਜ੍ਹਾ ਤੋਂ ਅਸਾਂ ਨਾਲ ਆਣ ਕੇ ਕੰਟੈਕਟ ਵਗੈਰਾ ਕਰੀ ਲੈਣੇ। ਨਾਰਮਲ ਇੱਕ ਬ੍ਰਾਈਟਰ ਜਾਂ ਦੁਲਹਨ ਦੀ ਤਿਆਰ ਕਰਨੇ ਕਿੰਨਾ ਟਾਈਮ ਲੱਗ ਜਾਣਾ? 1.5 ਘੰਟਾ ਲੱਗ ਜਾਣਾ। ਤਾਂ ਆਪਣੀ ਤਰਫੋਂ ਅਗਰ ਤੁਸੀਂ ਕੁਝ ਪਾਉਣਾ ਚਾਹੁੰਦੇ ਹੋ ਪਾਰਲਰ ਦੇ ਹਵਾਲੇ ਨਾਲ ਵੀ, ਤਾਂ ਕੋਈ ਵੀ ਤੁਸੀਂ ਚੀਜ਼ ਪਾਈ ਸਕਦੇ ਹੋ ਇੱਥੇ। ਅੱਛਾ ਤੁਸੀਂ ਵਿਜ਼ਿਟ ਕਰੋ, ਤੁਸੀਂ ਚੰਗੀ ਸਰਵਿਸਿਜ਼ ਲੱਭਸੀ, ਚੰਗਾ ਕੰਮ ਲੱਭਸੀ ਇਨਸ਼ਾਅੱਲਾ। ਇਨਸ਼ਾਅੱਲਾ ਜਜ਼ਾਕੱਲਾ। ਅਤੇ ਉਮੀਦ ਹੈ ਕਿ ਜਿਹੜੀਆਂ ਸਾਰੀਆਂ ਭੈਣਾਂ ਤੱਕਣੀਆਂ ਅਤੇ ਇਨਸ਼ਾਅੱਲਾ ਉਹ ਇਹਨਾਂ ਨਾਲ ਜ਼ਰੂਰ ਤਾਵਨ ਕਰ ਸਕਣ, ਅਤੇ ਤੁਸੀਂ ਕਿ ਮੁਕੰਮਲ ਐਡਰੈਸ ਵੀ ਅਸਾਂ ਦਿੱਤਾ ਵੈ, ਅਤੇ ਇਨਸ਼ਾਅੱਲਾ ਬਾਕੀ ਜਿੱਥੇ ਤੱਕ ਹੋਈ ਸਕਿਆ ਤੁਸੀਂ ਆਪਣੇ ਦੇਸ਼ ਨੂੰ ਵੀ ਇਨਸ਼ਾਅੱਲਾ ਜਿਹੜੇ ਆਪਣੇ ਦੇਸ਼ ਦੇ ਥਰੂ ਵਸਣ, ਤਾਂ ਉਹਨਾਂ ਵਾਸਤੇ ਇਨਸ਼ਾਅੱਲਾ ਸਪੈਸ਼ਲ ਡਿਸਕਾਊਂਟ ਵੀ ਹੋ ਸੀ ਇਨਸ਼ਾਅੱਲਾ। ਤਾਂ ਜ਼ਰੂਰ ਤੁਸੀਂ ਆਪਣਾ ਦੇਸ਼ ਦਾ ਨਾਂ ਕਿਨੀਏ, ਜ਼ਰੂਰ ਅੱਛੇ। ਅਤੇ ਇਨਸ਼ਾਅੱਲਾ ਉਮੀਦ ਕਰਨਾ ਕਿ ਤੁਸੀਂ ਕਿ ਸਾਰੀ ਵੀਡੀਓ ਪਸੰਦ ਆਈ ਹੋ ਸੀ, ਅਤੇ ਸਾਰੀਆਂ ਇਹਨਾਂ ਭੈਣਾਂ ਵਾਸਤੇ ਤੁਸੀਂ ਦੁਆ ਕਰਨੀ ਕਿ ਅੱਲਾ ਪਾਕ ਨੇ ਕਮਯਾਬ ਕਰੋ, ਅਤੇ ਇਨਸ਼ਾਅੱਲਾ ਬਹੁਤ ਜਲਦ ਇੱਕ ਨਵੀਂ ਵੀਡੀਓ ਮਿਟਸਾਂ, ਤਬ ਤੱਕ ਫੀ ਅਮਾਨ ਅੱਲਾ।